ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੱਖਦਾਤਾ ਦੇ ਦਰਬਾਰ ਬਿਲਗਾ ਵਿਖੇ ਮੁੱਖ ਸੇਵਾਦਾਰ ਮਾਤਾ ਜੋਤੀ ਮਹੰਤ ਵੱਲੋਂ ਸ਼ਹਿਰ ਦੀਆਂ ਧੀਆਂ ਅਤੇ ਨੂੰਹਾਂ ਨੂੰ 250 ਸੂਟ ਵੰਡ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੀਆਂ ਦਾ ਤਿਉਹਾਰ ਸ਼ੁਰੂ ਕੀਤਾ ਗਿਆ। ਇਸ ਮੌਕੇ 'ਤੇ ਸ਼ਹਿਰ ਬਿਲਗਾ ਦੀਆਂ ਧੀਆਂ ਭੈਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਗਿੱਧਾ ਭੰਗੜਾ ਪਾਇਆ। ਇਸ ਮੌਕੇ 'ਤੇ ਦਰਬਾਰ ਦੇ ਮੁੱਖ ਸੇਵਾਦਾਰ ਜੋਤੀ ਮਹੰਤ ਜੀ ਨੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਪਰਮਿੰਦਰ ਸਿੰਘ ਪੰਮਾ ਵਾਈਸ ਪ੍ਰਧਾਨ ਨਗਰ ਪੰਚਾਇਤ ਬਿਲਗਾ, ਦਲਵੀਰ ਸਿੰਘ ਕੱਦੋ ਐੱਮ ਸੀ, ਪੂਜਾ ਰਾਣੀ ਐੱਮ ਸੀ, ਸੰਦੀਪ ਕੁਮਾਰ ਐੱਮ ਸੀ, ਹਰਨੇਕ ਤੇਜੀ ਐੱਮ ਸੀ, ਬਲਕਾਰ ਸਿੰਘ ਏ ਐੱਸ ਆਈ, ਨਰੇਸ਼ ਕੁਮਾਰ, ਹਰਵੰਸ ਲਾਲ ਬੱਬੀ ਆਦਿ ਮੌਜੂਦ ਸਨ। ਅਸੀਂ ਵੀਰ ਬਾਬਾ ਲੱਖਦਾਤਾ ਦੇ ਦਰਬਾਰ ਮਨਾਏ ਸੀ, ਉਹਨਾਂ ਦੀ ਖੁਸ਼ੀ ਵਿੱਚ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ। ਅਸੀਂ ਸਾਨੂੰ ਹੋ ਗਏ ਪੰਜ ਛੇ ਸਾਲ ਹੋ ਗਏ। ਇਹ ਜਿਹੜਾ ਤਿਉਹਾਰ ਤੁਸੀਂ ਤੀਆਂ ਦਾ ਮਨਾਇਆ, ਕਿਉਂ ਮਨਾਉਣਾ ਸ਼ੁਰੂ ਕੀਤਾ ਗਿਆ? ਜੋ ਪਹਿਲਾਂ ਚੱਲਦਾ ਸੀ, ਪਿੰਡ 'ਚ ਪਹਿਲਾਂ ਚੱਲਦਾ ਸੀਗਾ, ਖੁਸ਼ੀ ਆਪਣੀ ਮੈਂ ਖੁਸ਼ੀ ਦੇ ਨਾਲ, ਕੁਛ ਮੈਂ ਪਿੰਡ ਦੇ ਸਹਿਯੋਗ, ਮੈਂ ਕੁਛ ਬੱਚਿਆਂ ਦੀ ਖੁਸ਼ੀ ਦੇ ਨਾਲ ਮੈਂ ਤੀਆਂ ਦਾ ਤਿਉਹਾਰ ਮਨਾਇਆ। ਬੱਚਿਆਂ ਦੀ ਖੁਸ਼ੀਆਂ, ਬੱਚੇ ਰਾਜੀ ਰਹਿਣ, ਲੋਕਾਂ ਦੇ ਮਾਲਕ ਉਹਨਾਂ ਨੂੰ ਭਲਾ ਕਰ, ਉਹਨਾਂ ਦਾ ਤੰਦਰੁਸਤੀ ਦਾ ਬਿਨਾਂ ਕਰਕੇ ਦੇ ਮਾਲਕ ਸੁੱਖ ਸ਼ਾਂਤੀ ਬੱਚੇ ਪੇਸ਼ ਕਰਕੇ, ਇਸ ਕਰਕੇ ਮੈਂ ਤੀਆਂ ਦਾ ਤਿਉਹਾਰ ਮਨਾਇਆ। ਇਸ ਤਿਉਹਾਰ 'ਚ ਤੁਸੀਂ ਕੀ ਕੁਛ ਪ੍ਰਬੰਧ ਕਰਦੇ ਹੈ? ਇਸ ਤਿਉਹਾਰ 'ਚ ਤਾਂ ਸ਼ੁਰੂਆਤ ਕਰਨੀ ਹੈ ਤਾਂ ਅਸੀਂ ਸੂਟ ਵੰਡਣੇ ਹੈ, ਦੋ ਢਾਈ ਸੌ ਦੇ ਕਰੀਬ ਸੂਟ ਵੰਡਣਾ ਹੈ। ਅਤੇ ਜੇ ਇੱਕ ਸਵਾ ਮਹੀਨਾ ਇਹ ਚੱਲਣਾ ਪ੍ਰੋਗਰਾਮ, ਰੋਜ਼ ਕੋਈ ਨਾ ਕੋਈ ਨਵੀਂ ਤੋਂ ਨਵੀਂ ਆਈਟਮ ਬਣਨੀ ਹੈ ਬੱਚਿਆਂ ਲਈ। ਬਾਬਾ ਲੱਖ ਰਾਏ ਦਰਬਾਰ 'ਤੇ ਤੀਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਆ। ਇਹਨਾਂ ਦੇ ਮੁੱਖ ਸੇਵਾਦਾਰ ਜੋਤੀ ਮਹੰਤ ਜੀ, ਜਿਨ੍ਹਾਂ ਨੇ ਕੁੜੀਆਂ ਨੂੰ ਸੂਟ ਵੰਡ ਕੇ ਮਹਿੰਦੀ ਲਗਾ ਕੇ ਸ਼ੁਰੂਆਤ ਕੀਤੀ ਹੈ। ਇਹ ਤੀਆਂ ਦਾ ਤਿਉਹਾਰ 21 ਦਾ ਚੱਲਣਾ ਹੈ। ਇਹਨਾਂ ਦੇ 21 ਦਿਨਾਂ ਵਿੱਚ ਇਹਨਾਂ ਮੁੱਖ ਸੇਵਾਦਾਰ ਸੰਗਤਾਂ ਵਾਲੇ ਖਾਣ ਪੀਣ ਦਾ ਪ੍ਰਬੰਧ ਕਰਦੇ ਹੈ ਅਤੇ ਬਾਕੀ ਸੰਗਤਾਂ ਹੋਮਾਂ ਮਾਰ ਕੇ ਪਾਉਂਦੀਆਂ ਹਨ। ਇਸ ਤੀਆਂ ਦੇ ਮੇਲੇ 'ਤੇ ਬਹੁਤ ਕਾਰੋਬਾਰੀ ਇਕੱਠ ਹੁੰਦਾ ਹੈ। ਇਹਨਾਂ ਜੋਤੀ ਮਹੰਤ ਜੀ ਦਾ ਅਤੇ ਸੰਤਾਂ ਦਾ, ਸਮੂਹ ਨਗਰ ਵਾਸੀਆਂ ਦਾ ਧੰਨਵਾਦ ਕਰਦਾ।